ਏਕ ਬੂੰਦ ਜਿਨ ਪਾਈ, ਏਕ ਬੂੰਦ ਜਿਨ ਪਾਈ ਮੌਲੇ
ਲਵੇ ਨਾ ਲਾਗਣ ਕੋ ਹੈ ਕਛੂਏ ਜਾਂ ਕੋ ਪੀਰ ਇਹੋ ਤਾਵੇ ਆਸਰੋ 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 ਆ
ਖੁੱਦਿਆ, ਖਾਣ ਪਾਣ ਆਣ ਰਹੀ ਖੁੱਦਿਆ, ਤਾਕੇ ਚਿੱਤ ਨਾ ਵਸਾ, ਦਇਆ ਕਰੀ
ਜਿਨ ਪਾਈ ਸੰਗੀਤ
ਤਨ ਮਨ ਮੰਗਰ ਮਾਹ ਹਰ ਪੀਰ ਸੰਗ ਬੈਠਿਆ ਤਿਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਨੇ ਲੜੀਆ ਤਿਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਨੇ ਲੜੀਆ ਤਨ ਮਨ
Hey!
ਕੋਂਦ ਜਿਨ ਪਾਈ ਜਾਣਦੀ ਹੈ ਇਹ ਸ਼ਬਦ ਕਦੀ ਕਦੀ ਗਾਇਆ ਜਾ ਸਕਦਾ ਰੋਜ਼ ਥੱਲੇ ਗਾਇਆ ਜਾ ਸਕਦਾ ਇੱਦਾਂ ਨਹੀਂ ਗਾਇਆ ਜਾ ਸਕਦਾ ਕਿਉਂਕਿ ਜਾਣ ਲੱਗਦੀ ਇਹ ਬਾਹਰ ਨੂੰ ਸਮਝਾਉਣਾ ਪੈਣਾ ਹੁਣ ਜਿਹੜਾ ਨਾ ਲਿਆ ਸੱਚੇ ਪਾਤਸ਼ਾਹ ਨੇ ਗਵਾ ਲਿਆ ਇੱਕ ਮੇਰੀ ਬੇਨਤੀ ਜੇ ਬਸ ਤੁਸੀਂ ਚਾਹੁੰਦੇ ਹੋ ਬਈ ਰੋਜ਼ ਨਵਾਂ ਸਾਲ ਹੋਵੇ ਸਾਡਾ ਆਖੋ ਬਾਈ ਮੈਂ ਵਾਜਾ ਬੰਦ ਕਰਦਿਆਂ ਕਰਦਿਆਂ ਗੱਲ ਕਰਕੇ ਮੈਨੂੰ ਵੀ ਪਹੁੰਚਣਾ ਨਾਨਕ ਪਿਆਉ ਸਾਹਿਬ ਮੈਂ ਬੇਨਤੀ ਕਰਾਂ ਤੁਸੀਂ ਅਸੀਂ ਚਾਹੁੰਦੇ ਹਾਂ ਮੈਂ ਨਾਲ ਲੈਣਾ ਆਪਣੇ ਆਪ ਨੂੰ ਕਿ ਨਵਾਂ ਸਾਲ ਹੋਵੇ ਹਰ ਸਾਲ ਕਿੰਨੇ ਮਰ ਜਾਂਦੇ ਨੇ ਕਿੰਨੇ ਪੈਦਾ ਹੁੰਦੇ ਨੇ ਹੈ ਨਾ ਕਿ ਨਹੀਂ ਜਿਹਦਾ ਨਿਤਨੇਮ ਖੁੱਜਦਾ ਜਿਹਨੇ ਇਸ ਸਾਲ ਕਿਸੇ ਦਾ ਪੈਸਾ ਲੈ ਕੇ ਮਾਰ ਲਿਆ ਗਰੀਬ ਦਾ ਜਿਸ ਕਿਸੇ ਨੇ ਕਿਸੇ ਨੂੰ ਬਹੁਤ ਕਸ਼ਟ ਦਿੱਤਾ ਹੈ ਨਾ ਉਹਦਾ ਨਵਾਂ ਸਾਲ ਨਹੀਂ ਚੜਿਆ ਜੇ ਮੈਨੂੰ ਮਾਫ ਕਰ ਦਾਂ ਉਹਦਾ ਪੁਰਾਣਾ ਹੀ ਉਹ ਆਪ ਵੀ ਪੁਰਾਣਾ ਉਹਦੀ ਹਰ ਚੀਜ਼ ਪੁਰਾਣੀ ਅਤੇ ਜਿਹਨੇ ਐਤਕੀ ਨਾ ਆਪਣੇ ਦਸਵੰਧ ਨੂੰ ਲੇਖੇ ਲਾਇਆ ਕਿਸੇ ਗਰੀਬ ਦੀ ਫੀਸ ਭਰੀ ਹੈ ਕਿਸੇ ਬਜ਼ੁਰਗ ਨੂੰ ਸਹਾਰਾ ਦਿੱਤਾ ਮਾਂ ਪਿਓ ਦਾ ਸਤਿਕਾਰ ਕੀਤਾ ਅੰਮ੍ਰਿਤ ਵੇਲਾ ਸੰਭਾਲਿਆ ਬਾਣੀਆਂ ਪੜ੍ਹੀਆਂ ਨੇ ਸੇਵਾ ਕੀਤੀ ਹੈ ਪਰਉਪਕਾਰ ਕੀਤਾ ਮੈਂ ਉਹਨੂੰ ਕਹਿ ਦਿਆਂ ਉਹਨੂੰ ਨਵਾਂ ਸਾਲ ਮਨਾਉਣ ਦੀ ਲੋੜ ਨਹੀਂ ਉਹਦਾ ਹਰ ਦਿਨ ਨਵਾਂ ਸਾਲ ਹੈ ਵਿਕਰਮੀ ਹੋਵੇ ਭਾਵੇਂ ਈਸਵੀ ਹੋਵੇ ਦੁਨੀਆਂ ਚੱਲਣੀ ਇੱਦਾਂ ਹੀ ਹੈ ਪਰ ਜਿਹੜਾ ਚੰਗੇ ਕੰਮ ਕਰੇਗਾ ਉਹਦਾ ਤੇ ਵਿਕਰਮੀ ਈਸਵੀ ਹੈ ਦਿਨ ਹੈ ਤੇ ਜਿਹੜਾ ਚੰਗੇ ਕੰਮ ਨਹੀਂ ਕਰੇਗਾ ਨਾਮ ਨਹੀਂ ਜਪੇਗਾ ਉਹਦਾ ਤੇ ਹਰ ਦਿਨ ਹੀ ਉਜੜਿਆ ਹੋਇਆ ਜਿਹਦੇ ਅੰਦਰ ਚਿੰਤਾ ਹੈ ਕਲੇਸ਼ ਹੈ ਦੁੱਖ ਹੈ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਉਹਦੇ ਵਾਸਤੇ ਨਵਾਂ ਸਾਲ ਖਾਧਾ ਪਰ ਤੁਸੀਂ ਭਾਗਾਂ ਵਾਲੇ ਲੱਖਾਂ ਬੰਦੇ ਇਸ ਸਮੇਂ ਕਲੱਬਾਂ 'ਚ ਨਾ ਸ਼ਰਾਬਾਂ ਪੀ ਕੇ ਉਜੜੇ ਹੋਣੇ ਉਜੜੇ ਤੁਸੀਂ ਬਹੁਤ ਵੱਡੇ ਭਾਗਾਂ ਮੈਂ ਵੀ ਵੱਡੇ ਭਾਗਾਂ ਹੋਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਤਸ਼ਾਹ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਨੇ ਆਪਣੇ ਕੋਲ ਬਿਠਾਇਆ ਸਾਂਝੀ ਬਹੁਤ ਬਹੁਤ ਕੋਟਾਨ ਕੋਟ ਸ਼ੁਕਰ ਮੇਰੇ ਮਾਲਕ ਦਾ ਸੱਚੇ ਪਾਤਸ਼ਾਹ ਸਾਡੇ ਅਵਗੁਣਾਂ ਨੂੰ ਨਾ ਚਿਤਾਰੀ ਨਾ ਅਵਗਣ ਕੋ ਨਾ ਚਿਤਾਰਦਾ ਗੱਲ ਸੇਤੀ ਲਾਇਕ ਇੱਦਾਂ ਹੀ ਜ਼ਿੰਦਗੀ ਬਤੀਤ ਹੋਵੇ ਠੀਕ ਹੈ ਅਸੀਂ ਬਾਣੀ ਮੌਲੇ ਉਹ ਪੜ੍ਹਦੇ ਹਾਂ ਸਾਡਾ ਹੈ ਨਹੀਂ ਅਵਸਥਾ ਨਹੀਂ ਹੈ ਮੈਨੂੰ ਮਾਫ਼ ਕਰ ਦੇਣਾ ਪਰ ਮੈਂ ਫਿਰ ਵੀ ਕਹਾਂ ਗਵਾਉਂਦਾ ਹੈ ਨਾ ਆਪਣੇ ਕੋਲ ਬਹਿ ਕੇ ਗਵਾਉਣਾ ਕਿਸੇ ਦਿਨ
ਇੱਦਾਂ ਛੇਟਾਂ ਪਾਏਗਾ ਤੇ ਗੱਲ ਬਣ ਜਾਏਗੀ। ਉਸ ਛਿੱਟ ਦਾ ਇੰਤਜ਼ਾਰ ਹੈ ਕਿ ਤੂੰ ਵੇਖੇ ਤੇ ਮੇਰੀ ਬਾਤ ਬਣ ਜਾਏ। ਇੱਕ ਵਾਰੀ ਵੇਖੇਗਾ ਨਾ ਏਕ ਬੂੰਦ ਤੇ ਬਾਤ ਬਣ ਜਾਏਗੀ। ਉਸ ਇੱਕ ਵਾਰੀ ਨੂੰ ਦੇਖਣ ਵਾਸਤੇ ਸਾਨੂੰ ਇੰਤਜ਼ਾਰ ਕਰਨਾ ਪਏਗਾ, ਰੋਜ਼ ਬਾਣੀ ਪੜ੍ਹਨੀ, ਰੋਜ਼ ਗਾਣਾ ਪਏਗਾ, ਵੇਟ ਕਰਨੀ ਪਏਗੀ। ਉਹਦੇ ਇੰਤਜ਼ਾਰ ਵਿੱਚ ਵੀ ਨਾ ਬੜਾ ਪਿਆਰ ਜੇ ਗਲਤੀਆਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ।